ਇਹ ਜੀ ਵਿਰਸਾ ਸਿੰਘ ਵਲਟੋਹਾ ਦਾ ਪਿੰਡ ਹੈ ਜੀ। ਹਾਂਜੀ, ਪਿੰਡ ਦਾ ਹੁਣ ਕੁੜੀਆਂ ਕੁੜੀਆਂ ਜਨਾਨੀਆਂ ਪੀਣ ਲੱਗ ਪਈਆਂ, ਐਤਵਾਰ ਤੋਂ ਕਰਨਗੇ ਕੁੜੀਆਂ ਪੀਣ ਲਈ। ਹਾਲਾਤ ਮਾੜੇ ਹੋ, ਬਹੁਤ ਤੇਜ਼ ਹਾਲਾਤ, ਅਖੀਰ ਹੋ ਗਈ ਹੈ। ਜਨਾਨੀਆਂ ਮੁੜ ਜਾਂਦੀਆਂ, ਗੱਡੀਆਂ ਮੁੜ ਜਾਂਦੀਆਂ, ਮੁੰਡੇ ਪੀ ਕੇ ਮਰ ਜਾਂਦੇ। ਤੁਹਾਡੇ ਪਿੰਡੋਂ ਹੋਇਆ ਕੋਈ ਇਹੋ ਜਿਹਾ ਕੋਈ ਕੇਸ ਵੀ? ਇਹ ਵੱਡਾ ਪਿੰਡ ਪਤਾ ਨੀ ਕਿੰਨੇ ਹੋ ਗਏ ਅਖਬਾਰ ਤੇ, ਕੰਨੀ ਦਾ ਹਾਂ ਹੱਥ ਲਾਇਆ ਜਗੀਰਕੋਟ ਤੇ ਛੋਟੀ ਦੇ ਹੱਥ ਲਾਇਆ, ਕੋਈ ਪਤਾ ਲੱਗਦਾ ਇਹਨਾਂ ਦਾ? ਖਬਰ ਤਾਂ ਵਲਟੋਆ ਸਾਹਿਬ ਨੂੰ ਵੋਟ ਪਾਵਾਂਗੇ, ਵਿਰਸਾ ਸਿੰਘ ਵਲਟੋਆ ਨੂੰ। ਅੱਛਾ ਜੀ, ਹਾਂਜੀ, ਆਪਾਂ ਉਹਦੇ ਨਾਲ, ਮੈਨੂੰ 25 ਸਾਲ ਹੋ ਗਏ ਪਾਰਟੀ ਨਾਲ ਤੁਰਿਆ ਹੁਣ। ਕੱਟੀ ਆ ਤੇ ਦੋ ਮੌਕਾ ਮਹਾਰਾਜ ਨੇ ਦਿੱਤਾ ਹੈ, ਤੇ ਉਹਨੇ ਜੇ ਇੱਕ ਚਲੋ ਬਾਹਰ ਨਿਕਲੇ ਪਰਮੇਸ਼ਰ ਉਹਨੂੰ ਵੀ ਦੇ, ਫਿਰ ਉਹਨੇ ਵੀ ਘਰ ਚ ਬਹਿਣਾ ਕੀਤਾ, ਕੀ ਕਰਨਾ ਕੀ ਨਹੀਂ। ਅਸੀਂ ਰਾਇ ਚੀਜ਼ ਦੇ ਅੱਗੇ ਵੀ ਜੇ ਉਹਨਾਂ ਨੇ ਜੇਲ੍ਹ ਕੱਟੀ ਆ ਤੇ ਤੁਸੀਂ ਉਹਨਾਂ ਨੂੰ ਦੁਬਾਰੀ ਮੌਕਾ ਦੇ ਕੇ ਐਮਐਲਏ ਬਣਾਤਾ ਆਪਣਾ। ਪੈਸੇ ਖੋ ਲੈਂਦੇ ਬੁੱਢਾ ਤੋਂ, ਗੋਲੀਆਂ ਖੋ ਲੈਂਦੇ ਨੇ, ਖੋ ਕੇ ਭੱਜ ਜਾਂਦੇ, ਉਹ ਨਹੀਂ ਕਿਸੇ ਨੂੰ ਨਿਆਂ ਦਿੰਦੇ ਕੋਈ। ਗੋਲੀਆਂ ਮੈਡੀਕਲ ਆ ਜਿਹੜੀਆਂ ਸਰਕਾਰੀ, ਜਿਹੜੇ ਲੈਣ ਜਾਂਦੇ ਇਹ ਦਿੰਦੇ ਆ, ਲੈਣ ਜਾਂਦੇ ਆ ਉਹਦੀ, ਉਹਨਾਂ ਦੇ ਵਿਚਾਰਾ ਪੈਸੇ ਵੀ ਖੋ ਲੈਂਦੇ, ਗੋਲੀਆਂ ਵੀ ਖੋ ਲੈਂਦੇ ਆ। ਪੁਲਿਸ ਵਾਲਾ ਕੋਈ ਉੱਥੇ ਜਾ ਕੇ ਕੋਈ ਜਾਂਦਾ ਪੁੱਛਦਾ ਹੀ ਨਹੀਂ। ਸਾਡੇ ਪਿੰਡ ਦਾ ਸ਼ਰਿਆ ਮੈਂ ਕੁੜੀਆਂ ਨਾਲ ਹੁਣੇ ਹੀ ਤਿਆਰ ਕਰਦੇ, ਹੁਣੇ ਮਿੰਟ ਮੁਕਾਬਲੇ ਇੰਨਾ ਇੱਡੀ ਇੱਡੀ ਇੰਨਾ ਇੰਨਾ ਚੱਲਣ ਡਿਆ। ਚੌਂਕੀ ਹੈ ਨੀ ਨੇੜੇ? ਹਾਂ, ਚੌਂਕੀ ਹੇਠਾਣਾ ਵੱਡਾ, ਤੇ ਫਿਰ ਵੀ ਉਹ ਕੁਛ ਨੀ ਕਹਿੰਦੇ। ਜਦੋਂ ਮਿਲੀ ਚੱਲਦੀ ਨਹੀਂ ਤੇ ਫਿਰ ਆਖਣਾ ਕਿ ਕੀ ਆ ਮਾੜੀ ਜ਼ਿੰਦਗੀ, ਤੁਹਾਨੂੰ ਪਤਾ ਹੀ ਹੈ ਕਿਉਂ। ਇਹ ਸਿਰਫ ਤੁਸੀਂ ਵੀ ਜਿਹੜੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਉਂਦੇ ਆ, ਸਿਰਫ ਉਹਨੂੰ ਜੇਲ੍ਹ ਚੋਂ ਬਾਹਰ ਲਿਆਉਣ ਮਾਰੇ ਹੀ ਪਾਉਂਦੇ ਆ ਵੀ, ਇਸੇ ਲਈ ਤੁਸੀਂ ਮੰਨਦੇ ਆ ਵੀ ਧੱਕਾ ਹੋਇਆ ਭਾਈ ਸਾਹਿਬ ਨਾਲ? ਧੱਕਾ ਸ਼ਹਿਰਿਆਂ ਹੋਇਆ ਜੀ, ਅਜੇ ਮੰਨਦੇ ਸ਼ਹਿਰਿਆਂ ਨੂੰ ਧੱਕਾ ਆਇਆ ਕਿ ਮਾੜਾ ਕੰਮ ਉਹ ਕੀ ਕਰਦਾ ਜੀ, ਅਮਟੀ ਸਿਖਾਉਂਦਾ ਬੱਚਿਆਂ ਨੂੰ। ਭਗਵੰਤ ਮਾਨ ਨੇ ਕੀਤਾ, ਨਰਿੰਦਰ ਮੋਦੀ ਨੇ ਕੀਤਾ, ਕਹਿੰਦੇ ਤਾਂ ਬਾਦਲ ਕੇ ਵੀ ਸੀਗੇ ਵੀ ਇਹਨੂੰ ਥਾਣੇ ਤੇ ਜਦੋਂ ਹਮਲਾ ਕੀਤਾ ਵੀ ਇਹ ਤੁਸੀਂ ਇਹਨੂੰ ਫੜਦੇ ਨਹੀਂ, ਪਰ ਹੁਣ ਉਹਨਾਂ ਨੇ ਪਾਲਾ ਥੋੜਾ ਜਿਹਾ ਬਦਲ ਲਿਆ। ਆਹੋ, ਉਹ ਤਾਂ ਬਦਲਦੇ ਨੇ। ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਵੀ ਕਿਹਨੇ ਕੀਤਾ ਧੱਕਾ? ਸਿੱਖਾਂ, ਭਗਵੰਤ ਮਾਨ ਨੇ ਜਾਂ ਮੋਦੀ ਨੇ? ਮੋਦੀ, ਅਸੀਂ ਤਾਂ ਮੋਦੀ ਦਾ ਹੀ ਹੋਇਆ, ਮੋਦੀ ਸਭ ਕੁਛ ਖਾਉਂਦਾ। ਭਗਵੰਤ ਮਾਨ ਰੋਟੀ ਆ, ਤਾਕਤ ਸਾਰੀ ਮੋਦੀ ਵਰਤੀ ਆ, ਕਦੀ ਮੁੱਖ ਮੰਤਰੀ ਇਹਦੇ ਅੰਦਰ ਹੋਏ ਵੇਖੇ, ਤਾਕਤ ਹੁੰਦੇ ਆ ਤੁਹਾਡੇ ਸਾਹਮਣੇ ਕਿੰਨਾ ਜਿਹਾ ਕੇਜਰੀਵਾਲ ਰਿਹਾ। ਮੈਂ ਤੈਨੂੰ ਉਹੀ ਕਹੀ ਨਾ ਵੀ ਕੇਜਰੀਵਾਲ ਵੀ ਅੰਦਰ ਦੱਸਿਆ ਮੁੱਖ ਮੰਤਰੀ ਹੁੰਦੇ ਆ, ਤੇ ਤਿੰਨਰ ਮੰਨ ਲੋ ਵੀ ਜੇ ਅਕਾਲੀ ਦਲ ਇਹ ਸੀਟ ਛੱਡ ਦਿੰਦਾ ਤੇ ਇਹ ਸੋਭਾ ਮੁਕਤ ਜਸ ਕੱਟ ਜਾਂਦਾ ਜੀ, ਜਸ ਕੱਟਦਾ ਅੱਧਾ ਸੀਟ ਛੱਡ ਦਿੰਦਾ ਰਾਜੀ ਮਹੀਨਾ, ਤੇ ਇਹਦੀ ਸੀਟ ਉਲਟੇ ਲਾਉਣਾ ਲੱਗ ਜੋ ਨਹੀਂ ਲਾਉਣਾ। ਵਿਰਸਾ ਸਿੰਘ ਵਲਟੋਆ ਆਏ ਕਹਿੰਦਾ ਨਾ, ਮੈਂ ਪਰਿਵਾਰ ਨੇ ਮੈਨੂੰ ਕਿਹਾ ਸੀ ਮਦਦ ਕਰ ਦਿਓ, ਕਹਿੰਦਾ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਤੋਂ ਪੁੱਛਿਆ ਸੀ ਉਹਦੇ, ਅਸੀਂ ਮਦਦ ਕਰਾਂਗੇ ਤੁਹਾਡੀ। ਹੁਣ ਬਣਾਉਂਦੇ ਜਾਂ ਗੱਲਾਂ, ਹੁਣ ਮਹਾਰਾਜ ਨੇ ਵੀ ਅਸੀਂ ਕਿਹੜੇ ਕੋਲੇ ਆ ਵੀ ਪੁੱਛਿਆ ਕਿ ਨਹੀਂ ਪੁੱਛਿਆ ਕਿ ਵੀ ਜਦੋਂ ਹੋਈ ਮਿਲੋ ਤਾਂ 2016 ਚ, ਉਦੋਂ ਬਾਅਦ ਗ੍ਰਾਫ ਡਿੱਗਿਆ ਅਕਾਲੀ ਦਲ ਦਾ ਪਿੰਡਾਂ ਚ ਬਹੁਤਾ ਡਿੱਗਿਆ ਕਿ ਨਹੀਂ ਅੱਗੇ ਤਾਂ ਸਾਡੇ ਪਿੰਡ ਦੀ ਕਰਦੇ ਵੀ ਅਕਾਲੀ ਦਲ ਕੁੱਤਾ ਵੀ ਖਿਲਾਰ ਦੇਵੇ ਨਾ, ਤੇ ਕੁੱਤਾ ਜਿਹਦਾ ਜਗੀਰ ਸੋ ਰਹੀ ਉਦੋਂ ਕੀ ਲੋਕਾਂ ਨੇ ਘਾਪ ਦਿੱਤੀ, ਜਗੀਰ ਸੋ ਬੀਜੇ ਜਿਵੇਂ ਬਣਿਆ ਸਰਦਾਰ ਦੇ ਅੱਗੇ ਪੋਲ ਇਹਨਾਂ ਦੇ ਬੰਦ ਸੀ ਇਹ ਅਕਾਲੀ ਦਲ ਦੇ,
ਹੁਣ ਪੋਲ ਖੁੱਲ ਗਿਆ ਭਗਵੰਤ ਮਾਨ ਨੇ ਦੱਸ ਲਓ ਖੋਲ ਕੇ ਜਾ ਦੇਖੋ ਇਹਨਾਂ ਨਹਿਰਾਂ ਬੰਨ ਕੇ ਲੈ ਗਏ ਜੀ ਇਹ ਆਹ ਕਰਕੇ ਜੀ ਉਹਦੇ ਨਾਲ ਬਹੁਤਾ ਲੋਕ ਮਰ ਜਾਂਦੇ ਕੋਈ ਜ਼ਿਆਦਾ ਪਤਾ ਲੱਗ ਪਿਆ ਮਜੀਠੀਆ ਦਾ ਵੀ ਹੈ ਇਹ ਸਲਕੇ ਚ ਦਖਲ ਦਾ ਜੀ ਕਿ ਨਹੀਂ ਕਰਦੇ ਮਜੀਠੀਆ ਦਾ ਘੱਟ ਹੀ ਘੱਟ ਹੀ ਆ ਤੁਸੀਂ ਜੇ ਵੀ ਮੋਟਾ ਮੋਟਾ ਜੇ ਸਮਝਣਾ ਹੋਵੇ ਵੀ ਨਸ਼ੇ ਵਾਸਤੇ ਜ਼ਿੰਮੇਵਾਰ ਕਿਹੜੇ ਆ ਭਗਵੰਤ ਮਾਨ ਕਹਿੰਦਾ ਇਹ ਲੈ ਕੇ ਆਏ 12 ਚ ਅਕਾਲੀ ਦਲ ਵਾਲੇ ਅਕਾਲੀ ਦਲ ਵਾਲਿਆਂ ਦੇ ਵੀ ਜੇ ਅਸੀਂ ਲੈ ਕੇ ਆਏ ਆ ਤੇਰੇ ਕੋਲੇ ਕੋਈ ਸਬੂਤ ਆ ਤੇ ਸਾਨੂੰ ਫੜ ਕੇ ਅੰਦਰ ਨਹੀਂ ਇਹ ਤਾਂ ਸਾਰਿਆਂ ਨੂੰ ਪਤਾ ਲੈ ਹੀ ਉਹ ਆਪਣੇ ਅਕਾਲੀ ਦਲ ਵਾਲੇ ਮਜੀਠੀਆ ਸਾਹਿਬ ਲੈ ਤੇ ਦੇਣ ਮਜੀਠੀਆ ਸਾਹਿਬ ਦੀ ਅਸੀਂ ਹੁਣ ਕਿਸ ਤਰ੍ਹਾਂ ਅਸੀਂ ਪਿਸਾ ਹੋ ਲਿਆ ਜਿਹਦੀ ਦੇਣ ਲਿਆ ਖੁਦ ਮਜੀਠੀਆ ਉਹ ਤੇ ਗਾਂ ਚੱਲਦਾ ਚੱਲਦਾ ਧੰਦਾ ਗਾਂ ਦੀਆਂ ਲੰਮਾ ਖਿਲਰ ਗਿਆ ਸਾਡੇ ਪਿੰਡ ਤਾਂ ਹੁਣ ਕੁੜੀਆਂ ਕੁੜੀਆਂ ਜਨਾਨੀਆਂ ਪੀਣ ਲੱਗ ਪਈਆਂ ਇਸ ਵਾਰ ਕਰ ਗਈ ਕੁੜੀਆਂ ਪੀਣ ਦੀ ਹਾਲਾਤ ਮਾੜੇ ਉਹਦੇ ਹਾਲਾਤ ਅਖੀਰ ਹੋ ਗਈ ਪਤਾ ਲੱਗ ਜਾਂਦਾ ਜੀ ਪਤਾ ਉਹਨੂੰ ਤਾਂ ਦੂਜੇ ਨੂੰ ਕੀ ਪਤਾ ਸਹੀ ਗੱਲ ਆ ਕਿੱਲਿਆਂ ਦੇ ਕਿੱਲੇ ਉੱਡ ਜਾਂਦੇ ਇਹ ਚ ਤਾਂ ਜਨਾਨੀਆਂ ਮੁੜ ਜਾਂਦੀਆਂ ਗੱਡੀਆਂ ਮੁੜ ਜਾਂਦੀਆਂ ਮੁੰਡੇ ਪੀ ਕੇ ਮਰ ਜਾਂਦੇ ਤੁਹਾਡੇ ਪਿੰਡ ਹੋਇਆ ਕੋਈ ਇਹ ਜਾਂ ਕੋਈ ਕੇਸ ਵੀ ਇਹ ਵੱਡਾ ਪਿੰਡ ਪਤਾ ਨੀ ਕਿੰਨੇ ਹੋ ਗਿਆ ਦੇ ਮਰੇ ਮਰੇ ਸਾਡੇ ਪਿੰਡ ਦੇ ਦੋ ਤਿੰਨ ਬੰਦੇ ਮਰੇ ਤੁਸੀਂ ਵੀ ਭਾਈ ਅਮਰਪਾਲ ਸਿੰਘ ਲਈ ਨਹੀਂ ਜੀ ਤੁਸੀਂ ਕਿਹਦੇ ਲਈ ਪਾਵਾਂਗੇ ਰਾਮ ਨੂੰ ਹੀ ਅਖਬਾਰ ਤੇ ਜੋ ਆ ਗਿਆ ਉਹ ਚੋ ਚੰਨੀ ਦੇ ਦਾਵਾ ਕਰਤਾ ਪਤਾ ਨੀ ਕੀ ਹੋਣਾ ਬੋਲਦਾ ਵੇਖੋ ਕੀ ਬਣਦਾ ਬਾਅਦ ਜਾਣੇ ਕਮਿਸ਼ਨ ਨੇ ਤਾਊਟ ਕੀਤਾ ਪਹਿਲਾਂ ਕਮਿਸ਼ਨ ਨੇ ਤਾਊਟ ਕੋਈ ਅਖਬਾਰ ਪੜੀ ਉਹਦਾ ਕਹਿੰਦਾ ਮੇਰੀ ਭੈਣ ਸੀ ਤੇ ਮੇਰੀ ਮਾਵਾਂ ਭੈਣ ਅਰ ਗਈ ਆ ਪਰ ਕਿਤੇ ਛੋਟੀ ਨੂੰ ਹੱਥ ਮਾਂ ਭੈਣ ਨੂੰ ਲਾਈਦਾ ਕਿਸੇ ਲਾ ਕੇ ਅਸੀਂ ਲਾਉਂਦੇ ਵੇਖਿਆ ਜੀ ਉਹਦੇ ਬਣੇ ਰੰਗ ਦੀ ਗੋਰੀ ਚਿੱਟੀ ਆ ਤੇ ਹਾਂ ਉਹਨਾਂ ਨੂੰ ਪਤਾ ਲੱਗੇ ਨਾ ਕੀ ਭੈਣ ਬਣਾਈ ਅੱਗੇ ਕੀ ਬਣਾਇਆ ਰੱਬ ਹੀ ਜਾਣੇ ਭੈਣ ਭੈਣ ਨਾਲ ਕਿਉਂ ਕਰਦਾ ਗੱਠੋ ਬਾਹ ਛੋਟੀ ਆਉਣ ਡੀ ਆ ਨਾ ਖਬਰ ਤਾਂ ਪੁਣ ਛੋਟੀ ਦੀ ਆਉਣ ਡੀ ਆ ਨਹੀਂ ਉਤਰਾ ਵੀ ਪ੍ਰੇਮ ਆ ਸਾਡਾ ਸ਼ੁਰੂ ਹਾਂਜੀ ਗੱਲਬਾਤ ਹੋ ਜਾਂਦੀ ਹੈ ਵਿਰਸਾ ਸੋਹਣਾ ਹਾਂ ਜਦੋਂ ਮਰਜ਼ੀ ਭਾਵੇਂ ਹੁਣ ਕਰਾ ਦਿੰਦੇ ਫਿਰ ਹਾਰ ਕਿਵੇਂ ਰਹਿ ਕਿਵੇਂ ਗਈ ਉਹ ਸਰਵਰ ਤੁਹਾਨੂੰ ਤੋਂ ਹਾਰ ਗਈ ਤੁਹਾਨੂੰ ਪਤਾ ਹੀ ਇਤਰੇ ਕੰਮ ਚੱਲਦੇ ਰਹਿੰਦੇ ਹਾਰਾਂ ਜਿੱਤੋਂ ਦੋ ਵਾਰੀ ਹਾਰ ਗਏ ਇੱਕ ਵਾਰੀ ਸੁਖਪਾਲ ਭੁੱਲਰ ਤੋਂ ਹਾਰ ਗਏ ਇੱਕ ਵਾਰੀ ਜਿੱਤੇ ਵੀ ਆ ਦੋ ਵਾਰੀ ਜਿੱਤੇ ਵੀ ਆ ਦੋ ਵਾਰੀ ਜਿੱਤੇ ਵੀ ਆ ਦੋ ਵਾਰੀ ਹਾਰੇ ਵੀ ਅਕਾਲੀ ਦਲ ਨੇ ਕੰਮ ਕੀਤੇ ਆ